ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਪਿੰਡਾਂ ਦੇ ਤਖਾਨ ਵੱਧ ਜ਼ਿਲ੍ਹਾ ਮੋਗਾ, ਅੱਜ ਆਪਾਂ ਕਾਲਾ ਪੰਡਿਤ ਅੰਕਲ ਜੀ ਦੇ ਘਰ ਆਏ ਹਾਂ, ਜਿਨ੍ਹਾਂ ਨੂੰ ਬਲਦਾਂ, ਕੁੱਤਿਆਂ ਅਤੇ ਹੋਰ ਜਾਨਵਰਾਂ ਦਾ ਬਹੁਤ ਸ਼ੌਂਕ ਆ, ਬਹੁਤ ਸ਼ੌਕੀਨ ਨੇ ਉਹ। ਅਤੇ ਅੱਜ ਆਪਾਂ ਉਹਨਾਂ ਦੇ ਬੇਟੇ ਨਾਲ ਗੱਲ ਕਰਾਂਗੇ, ਬਾਈ ਦਵਿੰਦਰ ਸ਼ਰਮਾ, ਬਾਈ ਰਿੱਕੀ ਸ਼ਰਮਾ ਅਤੇ ਬਾਈ ਰਾਜਾ। ਆਪਾਂ ਗੱਲ ਕਰਾਂਗੇ ਇਹਨਾਂ ਨਾਲ, ਆਪਾਂ ਜਿਹੜੇ ਜਿਹੜੇ ਬਾਈ ਹੁਣਾਂ ਦੇ ਜਾਨਵਰ ਰੱਖੇ ਨੇ ਤੁਹਾਨੂੰ ਦਿਖਾਵਾਂਗੇ, ਅਤੇ ਸਪੈਸ਼ਲੀ ਕੁੱਤਿਆਂ ਬਾਰੇ ਆ, ਜਿਹੜੇ ਪੈੱਟ ਬੋਲ ਤੁਸੀਂ ਦੇਖ ਰਹੇ ਹੋ ਇਹਨਾਂ ਬਾਰੇ ਜਾਣਕਾਰੀ ਦੇਵਾਂਗੇ। ਅਤੇ ਆਪਾਂ ਬਾਈ ਜੀ ਹੁਣਾਂ ਨਾਲ ਤੁਹਾਡਾ ਬਾਹਲਾ ਸਮਾਂ ਨਹੀਂ ਲੈਂਦੇ, ਗੱਲਬਾਤ ਸ਼ੁਰੂ ਕਰਦੇ ਹਾਂ। ਆ ਜਾਓ ਫਿਰ ਵੀਡੀਓ ਦੇ ਨਾਲ ਬਣੇ ਰਹਿਣਾ, ਗੱਲਬਾਤ ਕਰਦੇ ਹਾਂ ਸ਼ੁਰੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਮੈਨੂੰ ਤੁਸੀਂ ਐਂ ਦੱਸੋ ਵੀ ਜਿਹੜਾ ਤੁਹਾਨੂੰ ਇਹ ਕੁੱਤਿਆਂ ਦਾ ਸ਼ੌਂਕ ਆ, ਇਹ ਕਦੋਂ ਤੋਂ ਪਿਆ? ਇਹ ਬਾਈ ਜੀ ਪਿਆ ਵਾ 4-5 ਸਾਲ ਪਹਿਲਾਂ, ਸਾਡੇ ਲਿਆਦੀ ਸੀਗੇ ਯਾਰ ਮਿੱਤਰ, ਕੁੱਤੇ ਸੀਗੇ ਤੇ ਫੇਟਾਂ ਫੁੱਟਾਂ ਤੇ ਲੈ ਕੇ ਜਾਂਦੇ ਸੀਗੇ, ਨਾਲ ਅਸੀਂ ਜਾਜੂ ਵੜਦੇ ਸੀਗੇ, ਉੱਥੋਂ ਵੇਖ ਕੇ ਫਿਰ ਕੁੱਤਿਆਂ ਦਾ ਸ਼ੌਂਕ ਪੈ ਗਿਆ। ਫਿਰ ਸਾਡੇ ਵੀ ਮਨ 'ਚ ਉੱਠਿਆ ਵੀ ਯਾਰ ਲੈ ਕੇ ਆਈਏ, ਫਿਰ ਅਸੀਂ ਵੀ ਬੱਚੇ ਲਿਆ ਕੇ ਤੇ ਫਿਰ ਫੇਟਾਂ ਕਰਾਉਣੀਆਂ ਸਟਾਰਟ ਕਰਤੀਆਂ। ਹਾਂਜੀ। ਤੇ ਪਹਿਲਾਂ ਸਾਡੇ ਕੋਲ ਕੁੱਤਾ ਹੁੰਦਾ ਸੀ ਮੌਜਰ, ਬਠਿੰਡਾ ਬਲੱਡ ਲੈਣ ਦਾ ਸੀਗਾ ਬਾਈ, ਬਹੁਤ ਚੰਗਾ ਸੀ ਕੁੱਤਾ, ਵਧੀਆ ਲੜਦਾ ਸੀ, ਹਾਂਜੀ, ਦੋ ਦਿਨ ਰੰਗ ਜਿੱਤੇ ਵਧੀਆ ਸੀ। ਅੱਛਾ। ਤੇ ਹੁਣ ਇਹ ਆ ਤੇ ਵਧੀਆ ਬਰੀਡ ਆ। ਹਾਂਜੀ। ਤੇ ਖੁਰਾਕ ਕਿਹੜੀ ਪਾਉਂਦੇ? ਖੁਰਾਕ ਬਾਈ ਇਹਨਾਂ ਨੂੰ ਬਸ ਆ ਫੀਡ ਫੂਡ ਪਾ ਦੀ ਆ, ਜਾਂ ਪੰਜੇ ਪੁੰਜੇ ਪਾ ਦੀ ਆ। ਅੱਛਾ। ਪੇਟਾ ਪੂਟਾ ਗਿਰੀ ਪਾ ਦੀ ਲਿਆ ਕੇ। ਠੀਕ ਆ ਜੀ। ਤੇ ਜਿਵੇਂ ਹੁਣ ਗਰਮੀ ਆ, ਗਰਮੀ ਦੇ ਵਿੱਚ ਫਿਰ ਕੁੱਤੇ ਹੁਣ ਗਰਮੀ ਆਉਂਦੇ, ਫਿਰ ਤਾਂ ਦੋ ਵਾਰੀ ਦਿਨ ਚ ਨਹਾ ਹੀ ਦਿੰਦੇ ਹੋਣਗੇ? ਹਾਂ ਬਾਈ, ਦੋ ਵਾਰੀ ਤਾਂ ਨਹਾਉਣੇ ਹੀ ਪੈਂਦੇ ਆ, ਗਰਮੀ ਬਾਲੀ ਆ ਕਿ ਬਲੱਡ ਲੈਣੀ ਇਹੋ ਜੀ ਆ, ਗਰਮੀ ਗੁਰਮੀ ਘੱਟ ਮੰਨਦੇ ਪਰ ਨਹਾਉਣ ਦਾ ਕੇਅਰ ਤਾਂ ਕਰਨੀ ਪੈਂਦੀ ਇਹਨਾਂ ਦੀ। ਅੱਛਾ। ਜਿਵੇਂ ਘਰੇ ਤੁਹਾਡੇ ਪਸ਼ੂ ਰੱਖੇ ਹੋਏ ਆ ਬਈ, ਜਿਵੇਂ ਖੁੱਲੇ ਛੱਡ ਦਿੰਦੇ ਹੋ? ਹਾਂ ਹਾਂ ਬਈ, ਐਂ ਤਾਂ ਕੋਈ ਚੱਕਰ ਨਹੀਂ, ਖੁੱਲੇ ਛੱਡ ਦਿੱਤਾ ਵਾ ਤੂੰ, ਬੈ ਖੜ ਜਾ ਕੋਲੇ, ਕੋਈ ਕਹੋ ਨਹੀਂ ਕਹਿੰਦੇ, ਪਰ ਇਹ ਬਲੱਡ ਲੈਣੀ ਉਹੋ ਜਿਹੀ ਆ, ਇਹ ਕੁੱਤੇ ਨੂੰ ਕੁੱਤਾ ਵੇਖ ਨਹੀਂ ਕਰਦੇ। ਠੀਕ ਆ। ਜਦੋਂ ਬਈ ਤੁਸੀਂ ਮੈਂ ਕੋਲੇ ਖੜੇ ਹੋ ਜਿਵੇਂ ਮੇਰੇ, ਕੁੱਤਾ ਛੱਡਤਾ ਫਿਰ ਨਹੀਂ ਕਹੋ? ਜੇ ਤੁਸੀਂ ਪਰਾਂ ਹੋਵੋ ਫਿਰ? ਹਾਂ, ਫਿਰ ਪੈ ਨਿਕਲਦੇ, ਫਿਰ ਪੈ ਨਿਕਲਦੇ। ਅੱਛਾ। ਤੇ ਬਾਈ ਜੀ ਇਹ ਪਹਿਲਾਂ ਤੋਂ ਸ਼ੌਂਕ ਤੁਰਿਆ ਹੁੰਦਾ ਕਿ ਤੁਹਾਨੂੰ ਨਵਾਂ? ਪਹਿਲਾਂ ਤਾਂ ਯਾਰ ਬਾਈ ਬਾਪੂ ਨੀ ਸੀਗੇ ਤੇ ਉਹਦਾ ਬਲਦ ਬੁਲਦਾਂ ਦਾ ਸ਼ੌਂਕ ਹੀ ਸੀਗਾ ਆਪਾਂ ਨੂੰ, ਬਲਦ ਵੀ ਭਾਜਦੇ ਰਹੇ ਪਹਿਲਾਂ ਆਪਣੇ ਵਧੀਆ। ਅੱਛਾ। ਫਿਰ ਸਾਨੂੰ ਕੁੱਤਿਆਂ ਦਾ ਸ਼ੌਂਕ ਪੈ ਗਿਆ, ਫਿਰ ਅਸੀਂ ਇੱਧਰਲੇ ਪਾਸੇ ਹੋ ਗਏ। ਅੱਛਾ ਜੀ। ਤੇ ਚਲੋ ਹੁਣ ਤਾਂ ਫਿਰ ਕੁੱਤਿਆਂ ਵਾਲੇ ਪਾਸੇ ਹੀ ਆ। ਤੇ ਜਿਵੇਂ ਤੁਸੀਂ ਦੱਸਿਆ ਬਾਈ ਜੀ ਇਹ ਛੋਟੇ ਛੋਟੇ ਹੁੰਦੇ ਲੈ ਕੇ ਆਉਂਦੇ ਸੀ, ਤੇ ਕਿੱਥੋਂ ਲੈ ਕੇ ਆਉਂਦੇ ਸੀ ਬਾਈ? ਇਹ ਬਾਈ ਆਪਾਂ ਕੋਟਕਪੁਰੋਂ ਲੈ ਕੇ ਆਉਂਦੇ ਸੀਗੇ। ਅੱਛਾ, ਕੋਟਕਪੁਰੋਂ ਲੈ ਕੇ ਆਉਂਦੇ ਸੀ। ਤੇ ਬਾਈ ਜੀ ਜੇ ਕਿਸੇ ਮੇਰੇ ਵੀਰ ਭਰਾ ਨੇ ਥੋਤੋਂ ਕੁੱਤਿਆਂ ਬਾਰੇ ਜਾਂ ਇਸ ਨਸਲ ਬਾਰੇ ਜਾਂ ਹੋਰ ਕੋਈ ਰਾਇ ਲੈਣੀ ਹੋਵੇ ਤਾਂ ਤੁਹਾਡਾ ਆਪਾਂ ਨੰਬਰ ਦੇ ਦਈਏ ਮੋਬਾਈਲ ਸਕਰੀਨ ਤੇ? ਨੰਬਰ ਦੇ ਦਿਓ ਵੀਰੇ, ਨੰਬਰ ਦੇ ਦਈਏ ਬਾਈ, ਜੇ ਕਿਸੇ ਨੇ ਰਾਇ ਲੈਣੀ ਹੋਵੇ ਬਾਈ ਜੀ ਤੋਂ ਲੈ ਸਕਦਾ। ਤੇ ਬਾਈ ਜੀ ਜਿਵੇਂ ਇੱਕ ਮੈਂ ਤੁਹਾਨੂੰ ਹੋਰ ਗੱਲ ਪੁੱਛਣੀ ਆ, ਮੈਂ ਇੱਕ ਮੇਰੇ ਦੋਸਤ ਦੇ ਘਰੇ ਰੱਖੇ ਹੁੰਦੇ ਸੀ, ਉਹ ਜਦੋਂ ਰਾਤ ਨੂੰ ਖੁੱਲ੍ਹੇ ਛੱਡ ਦਿੰਦੇ ਸੀ ਕੁੱਤੇ ਬਈ ਘਰੇ ਕੋਈ ਚੋਰ ਚੂਰ ਨਾ ਆ ਜੇ, ਉਹਨਾਂ ਨੇ ਕੀ ਕੀਤਾ? ਕਈ ਵਾਰੀ ਭੁਲੇਖੇ ਨਾਲ ਆਪਦੇ ਘਰਦਿਆਂ 'ਚ ਕੋਈ ਫੜ ਲਿਆ। ਇਹ ਬਈ ਇਹ ਜਾਨਵਰ ਬਹੁਤ ਸਿਆਣਾ ਜਾਨਵਰ ਹੁੰਦਾ ਵਾ, ਇਹ ਐਂ ਨਹੀਂ ਹੁੰਦਾ ਵੀ ਜਿਹੜਾ ਆ ਜੇ ਇਹਨੂੰ ਫੜ ਲੇ, ਕਿਉਂ ਕਰਕੇ ਆਪਾਂ ਬੱਚਾ ਪਾਲਿਆ ਨਿੱਕੇ ਹੁੰਦੇ ਰੱਖੇ ਕਰਕੇ ਇਹ ਜਿਵੇਂ ਮਰਜ਼ੀ ਤੁਰੇ ਫਿਰੋ, ਇਹ ਛੇਤੀ ਘਰਦਿਆਂ ਨੂੰ ਨਹੀਂ ਪੈਂਦੇ, ਅਣਜਾਣ ਬੰਦੇ ਨੂੰ ਪੈਂਦੇ, ਜਾਂ ਇਹਨਾਂ ਮੂਹਰੇ ਕੋਈ ਬੰਦਾ ਭੱਜ ਲਏ ਜਿਵੇਂ ਆਪਾਂ ਕਹਿ ਦਈਏ ਬੰਦਾ ਭੱਜ ਲੈਂਦਾ ਦੇਖ ਕੇ, ਹਾਂ ਉਦੋਂ ਪੈ ਨਿਕਲਦੇ ਆ, ਜਾਂ ਇਹਦੇ ਮੂਹਰੇ ਕੋਈ ਕੁੱਤਿਆਂ ਮੂਹਰੇ ਹਰਕਤ ਕਰਦਾ ਬੰਦਾ ਹੱਥ ਸੋਟੀ ਚੱਕਦਾ, ਇਹ ਉਦੋਂ ਪੈ ਨਿਕਲਦੇ, ਉਦੋਂ ਪੈਂਦੇ, ਊਂ ਨਹੀਂ ਪੈਂਦੇ ਬਾਈ। ਠੀਕ ਆ। ਅਤੇ ਬਾਈ ਜੀ ਜਿਵੇਂ ਕੁੱਤਿਆਂ ਦੇ ਨਾਲ ਨਾਲ ਮੈਂ ਦੇਖਿਆ ਥੋੜੇ ਤੋਤੇ ਰੱਖੇ ਆ, ਕੱਛੂ ਕੰਮਾਂ ਰੱਖੇ ਆ, ਹੋਰ ਜਾਨਵਰ ਰੱਖੇ ਆ, ਸ਼ੌਂਕ ਵਜੋਂ ਉਹਨਾਂ ਨਾਲ ਵੀ ਆਪਾਂ ਥੋੜੀ ਨਿਗਾਹ ਮਾਰ ਲੈਂਦੇ? ਇਹ ਬਾਬਾ ਹੀ ਸ਼ੌਂਕ ਹੀ ਸੀਗਾ, ਫਿਰ ਅਸੀਂ ਤੋਤੇ ਲਿਆਂਦੇ, ਹੁਣ ਇਹ ਘਰੇ ਵੀ ਸ਼ੌਂਕ ਆ ਜਵਾਕਾਂ ਨੂੰ ਵੀ। ਅੱਛਾ ਜੀ। ਬਾ ਫਿਰ ਤੋਤੇ ਦੇ ਕੱਛੂ ਕੰਮ, ਚਲੋ ਫਿਰ ਆਪਾਂ ਤੋਤੇ ਦੇ ਕੱਛੂ ਕੰਮ ਵੱਲ ਨਿਗਾਹ ਮਾਰ ਲੈਂਦੇ। ਤੇ ਅੱਛਾ ਬਾਈ ਜੀ ਆ ਤੋਤੇ ਨੇ ਆਪਣੇ ਦੋ ਹੈ? ਹਾਂ ਬਾਈ, ਤੋਤੇ ਆ। ਤੇ ਇਹਨਾਂ ਦੇ ਨਾਂ ਕੀ ਦੋਨਾਂ ਦੇ ਬਾਈ? ਇਹ ਨਾਂ ਤਾਂ ਬਾਈ ਆਪਾਂ ਉਹੀ ਸ਼ੌਂਕ ਨਾਲ ਇਹਨੂੰ ਕਹਿ ਮਿੱਠੂ ਕਹਿ ਦਿੰਦੇ, ਹਰ ਇੱਕ ਤੋਤੇ ਨੂੰ ਬੰਦਾ ਜਿਹਨਾਂ ਦੇ ਘਰੇ ਰੱਖੇ ਹੁੰਦੇ ਆ ਉਹਨੂੰ ਮਿੱਠੂ ਕਹਿ ਕੇ ਬੁਲਾ ਲੈਂਦੇ। ਹਾਂਜੀ ਹਾਂਜੀ। ਅੱਛਾ, ਮਿੱਠੂ ਕਹਿ ਕੇ ਬੁਲਾ ਲੈਂਦੇ? ਅੱਛਾ, ਮਗਰ ਬੋਲਦੇ ਜੇ? ਹਾਂ ਬਾਈ, ਮਗਰ ਬੋਲਦੇ ਆ ਆਉਂਦੇ ਜਦੋਂ ਕੋਈ ਬੰਦਾ ਬਾਹਰੋਂ ਆਉਂਦਾ, ਹਾਂਜੀ, ਤੇ ਸਾਸੀ ਗੱਲ ਬੁਲਾਉਂਦੇ ਆ। ਅੱਛਾ। ਤੇ ਬਾਕੀ ਇਹ ਜਵਾਕਾਂ ਨਾਲ ਬੋਲ ਕੇ ਬਾਹਲੇ ਖੁਸ਼ ਆ ਬਾਈ, ਜਿਵੇਂ ਨਿੱਕੇ ਜਵਾਕ ਆ ਜਿਵੇਂ ਜਿਵੇਂ ਬੋਲਦੇ ਆ ਕੇ ਘਰੇ, ਹਾਂਜੀ, ਉਵੇਂ ਉਵੇਂ ਮਗਰ ਇਹ ਬੁਲੀ, ਮਗਰ ਰੀਸ ਲਾਉਂਦੇ? ਹਾਂ, ਰੀਸ ਲਾਉਂਦੇ। ਤੇ ਵੀ ਛੋਟੇ ਹੁੰਦੇ ਲਿਆਂਦੇ? ਹਾਂ, ਇਹ ਵੀ ਬਾਈ ਬੱਚੇ ਲੈ ਕੇ ਆਉਂਦੇ ਸੀ ਛੋਟੇ। ਅੱਛਾ, ਇਹ ਕਿੱਥੋਂ ਲੈ ਕੇ ਆਉਂਦੇ ਬਾਈ ਫਿਰ? ਇਹ ਤਾਂ ਬਾਈ ਆਪਾਂ ਇੱਥੋਂ ਮੋਗਿਓਂ ਲੈ ਗਏ ਮੁੰਡੇ ਲਿਆਜੀ ਕੋਲੋਂ, ਉਹਨਾਂ ਦੇ ਸੀਗੇ ਬੱਚੇ ਤੇ ਉਹਨਾਂ ਤੋਂ ਬੱਚੇ ਲਏ ਸੀ। ਠੀਕ ਆ। ਤੇ ਬਾਈ ਜਿਵੇਂ ਇੱਕ ਤੇ ਕਾਲੀ ਗਾਨੀ, ਦੂਜੇ ਤੇ ਹੈਣੀ, ਇਹਦਾ ਮਤਲਬ ਕੀ? ਇਹ ਬਾਈ ਕਾਲੀ ਗਾਨੀ ਵਾਲਾ ਜਿਹੜਾ ਹੁੰਦਾ ਬਾਈ, ਇਹ ਤੋਤਾ ਹੁੰਦਾ। ਅੱਛਾ ਜੀ। ਜਿਹਦੇ ਗਾਨੀ ਆ ਜੇ ਉਹ ਤੋਤਾ ਹੁੰਦਾ, ਜਿਹਦੇ ਗਾਨੀ ਨਹੀਂ ਆਉਂਦੀ ਉਹ ਤੋਤੀ ਹੁੰਦੀ ਆ। ਅੱਛਾ, ਇਹ ਬੋਲਦੇ ਦੋਨੇ? ਹਾਂ, ਇਹ ਬੋਲਦੇ ਦੋਨੇ ਆ। ਅੱਛਾ। ਤੇ ਕੱਛੂ ਕੰਮ ਆਪਣਾ ਉੱਧਰ ਰੱਖਿਆ ਵਾ? ਹਾਂ, ਕੱਛੂ ਕੰਮ ਬਾਈ ਉੱਧਰ ਰੱਖਿਆ ਵਾ। ਤੇ ਆਜੋ ਉੱਧਰ ਚੱਲਦੇ ਫਿਰ ਆਪਾਂ। ਆ ਜਾਓ ਬਾਈ, ਹੁਣ ਤੁਹਾਨੂੰ ਆਪਾਂ ਕੱਛੂ ਕੰਮਾਂ ਦਿਖਾਉਂਦੇ ਬਾਈ ਦਾ ਜਿਹੜਾ ਰੱਖਿਆ ਵਿਆ, ਅਤੇ ਬਾਈ ਹੁਣ ਇਹਨੂੰ ਬਾਹਰ ਵੀ ਕੱਢ ਕੇ ਦਿਖਾਊਗਾ, ਤੁਹਾਨੂੰ ਬਾਹਰ ਕੱਢ ਕੇ ਦਿਖਾਵਾਂਗੇ ਇਹਨੂੰ। ਆ ਦੇਖੋ, ਜਦੋਂ ਕੈਮਰਾ ਕੋਲ
पहला तुसी इहनू बाहरों देख सकते हो। आ देखो हुणे तुरूगा तुरदे दी वीडियो तुहानू दिखाउने आ। ते काफ़ी वड्डा सी ये, ते मैं तां जिंदगी च पहली बार देखिया। जे तुसी किसी ने पहला ही देखिया होवे तुसी कमेंट करके जरूर दसना। ते बाई दे जानवर तुहानू किवें लगे तुसी ये भी दसना, कुत्ते किवें लगे ते तोते ते अपना आह छोटा खड़ौना कछू कम ये किवें लगा। ने सानू एक होर गल भी दसी बई ये थोड़े करके भी बगाना बंदा मैनू देख रहा करके एक ता हौली तुर रहा ते नहीं तो जे ये हूँ असी वेड़े छड़ गए इनू इतने आंदा नहीं किधर गया भाईता बहुत आ ये। तो आ कछू कम भी तुहानू एक बारी बाई दे सारे जानवर आप निगाह मार लें आ जाओ। हाँ जी, तो फिर दोस्तों अज की वीडियो तुहानू किवें लगी तुसी कमेंट करके जरूर दसना। तो वीडियो नू लाइक कमेंट शेयर जरूर करना, तो अपने चैनल नू कर लो सबसक्राइब ता कि जो आप नवी वीडियो पाईए तुहाडे कोल नाल दी नाल ही मोबाइल स्क्रीन ते पहुँच जावे। उन्ने टाइम लई धन्यवाद।